ਦੋ ਸਕੂਲੀ ਵਿਦਿਆਰਥੀਆਂ ਦੀ ਲੜਾਈ ਤੋਂ ਬਾਅਦ ਸ਼ਹਿਰ ਦੇ ਵਿੱਚ ਦੰਗੇ ਹੋ ਗਏ ਨੇ। ਦੱਸ ਦਈਏ ਕਿ ਲੋਕਾਂ ਨੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਹੈ ਤੇ 15 ਥਾਣਿਆਂ ਦੀ ਪੁਲਿਸ ਨੂੰ ਮੌਕੇ ਦੇ ਉੱਤੇ ਤੈਨਾਤ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਦੋ ਵਿਦਿਆਰਥੀ 15-15 ਸਾਲ ਦੇ ਇੱਕੋ ਕਲਾਸ ਦੇ ਵਿੱਚ ਪੜ੍ਹਦੇ ਸਨ ਤੇ ਦੋਵਾਂ ਦੇ ਵਿਚਕਾਰ ਹੀ ਕਲਾਸਰੂਮ ਦੇ ਵਿੱਚ ਝਗੜਾ ਹੁੰਦਾ, ਜਿਸ ਤੋਂ ਬਾਅਦ ਇੱਕ ਵਿਦਿਆਰਥੀ ਦੇ ਵੱਲੋਂ ਦੂਸਰੇ ਵਿਦਿਆਰਥੀ ਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ, ਜਿਸ 'ਚ ਇੱਕ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਉਸ ਨੂੰ ਜਦੋਂ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਜਿਵੇਂ ਹੀ ਇਸ ਗੱਲ ਦਾ ਪਤਾ ਉਸਦੇ ਪਰਿਵਾਰਕ ਮੈਂਬਰਾਂ ਨੂੰ ਲੱਗਦਾ ਤਾਂ ਉਹ ਵੀ ਮੌਕੇ ਦੇ ਉੱਤੇ ਪਹੁੰਚਦੇ ਨੇ ਤੇ ਗੱਲ ਜਦੋਂ ਸ਼ਹਿਰ ਦੇ ਵਿੱਚ ਉੜਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ। ਜਿਹੜੇ ਵਿਦਿਆਰਥੀ ਦੇ ਵੱਲੋਂ ਹਮਲਾ ਕੀਤਾ ਗਿਆ ਉੱਧਰੋਂ ਵੀ ਕੁਝ ਲੋਕ ਆਉਂਦੇ ਨੇ ਤੇ ਇੱਧਰੋਂ ਤੀ ਇਸ ਵਿਦਿਆਰਥੀ ਦੇ ਵੱਲੋਂ ਵੀ ਕੁਝ ਲੋਕ ਆਉਂਦੇ ਨੇ ਤੇ ਦੋਵਾਂ ਦੇ ਵਿਚਕਾਰ ਹੀ ਜਦੋਂ ਝਗੜਾ ਵੱਜ ਜਾਂਦਾ ਹੈ ਤਾਂ ਮੌਕੇ ਦੇ ਉੱਤੇ ਕਿਹਾ ਜਾ ਰਿਹਾ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਤੇ ਲੋਕਾਂ ਦੇ ਵੱਲੋਂ ਕਈ ਦੁਕਾਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਕਈ ਵਾਹਨ ਜੋ ਨੇ ਉਹ ਫੂਕ ਦਿੱਤੇ ਜਾਂਦੇ ਨੇ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੋਰਚਾ ਸਾਂਭਣ ਤੋਂ ਬਾਅਦ ਇਲਾਕੇ ਦੇ ਵਿੱਚ ਧਾਰਾ 144 ਜੋ ਹੈ ਉਹ ਲਾਗੂ ਕਰ ਦਿੱਤੀ ਜਾਂਦੀ ਹੈ ਤੇ ਹੁਣ ਪੂਰੇ ਸ਼ਹਿਰ ਦੇ ਵਿੱਚ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ। ਤਾਂ ਮਾਮਲਾ ਰਾਜਸਥਾਨ ਦੇ ਉਦੈਪੁਰ ਦਾ, ਜਿੱਥੇ ਦੋ ਵਿਦਿਆਰਥੀਆਂ ਦੀ ਲੜਾਈ ਤੋਂ ਬਾਅਦ ਸ਼ਹਿਰ ਦੇ ਵਿੱਚ ਦੰਗੇ ਹੋ ਗਏ ਨੇ। ਇਸ ਕਦਰ ਹਾਲਾਤ ਨਾਜ਼ੁਕ ਹੋ ਚੁੱਕੇ ਨੇ ਕਿ ਆਲੇ ਦੁਆਲੇ ਚੱਪੇ ਚੱਪੇ ਦੇ ਉੱਤੇ ਪੁਲਿਸ ਨੂੰ ਤੈਨਾਤ ਕੀਤਾ ਗਿਆ। ਤਾਂ ਦੋ ਵਿਦਿਆਰਥੀ ਸੀ 15-15 ਸਾਲ ਦੇ, ਸਕੂਲ ਦੇ ਵਿੱਚ ਇਕੱਠੇ ਪੜ੍ਹਦੇ ਸੀ ਤੇ ਅਚਾਨਕ ਹੀ ਦੋਵਾਂ 'ਚ ਲੜਾਈ ਹੋ ਜਾਂਦੀ ਹੈ। ਹਾਲਾਂਕਿ ਇਸ ਮੌਕੇ ਤੇ ਪ੍ਰਿੰਸੀਪਲ ਦਾ ਵੀ ਬਿਆਨ ਸਾਹਮਣੇ ਆਇਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੋਵੇਂ ਵਿਦਿਆਰਥੀ ਪੜ੍ਹਨ ਦੇ ਵਿੱਚ ਕਾਫੀ ਜ਼ਿਆਦਾ ਤੇਜ਼ ਨੇ, ਕਦੇ ਵੀ ਇਹਨਾਂ ਨੂੰ ਲੜਦੇ ਹੋਏ ਨਹੀਂ ਦੇਖਿਆ ਗਿਆ। ਤੇ 16 ਅਗਸਤ ਦੀ ਸ਼ਾਮ ਨੂੰ ਜਦੋਂ ਉਹਨਾਂ ਨੂੰ ਆ ਕੇ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਕਲਾਸਰੂਮ ਦੇ ਵਿੱਚ ਲੜਾਈ ਹੋ ਗਈ ਹੈ, ਤਾਂ ਜਿਵੇਂ ਹੀ ਜਦੋਂ ਮੌਕੇ ਦੇ ਉੱਤੇ ਪਹੁੰਚੇ ਤਾਂ ਇੱਕ ਵਿਦਿਆਰਥੀ ਜੋ ਹੈ ਉਹ ਗੰਭੀਰ ਹਾਲਤ ਦੇ ਵਿੱਚ, ਜ਼ਖਮੀ ਹਾਲਤ ਦੇ ਵਿੱਚ ਕਲਾਸਰੂਮ ਦੇ ਵਿੱਚ ਸੀ ਤੇ ਉਸ ਨੂੰ ਉਹਨਾਂ ਦੀ ਹੀ ਸਕੂਟੀ ਦੇ ਉੱਤੇ, ਯਾਨੀ ਕਿ ਪ੍ਰਿੰਸੀਪਲ ਦੀ ਹੀ ਸਕੂਟੀ ਦੇ ਉੱਤੇ ਉਸਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤੇ ਦੂਸਰਾ ਵਿਦਿਆਰਥੀ ਮੌਕੇ ਤੋਂ ਫਰਾਰ ਹੋ ਜਾਂਦਾ। ਪਰ ਜਿਵੇਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ, ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਜੋ ਹਮਲਾਵਰ ਵਿਦਿਆਰਥੀ ਹੁੰਦਾ ਜਿਸਦੇ ਵੱਲੋਂ ਹਮਲਾ ਕੀਤਾ ਜਾਂਦਾ ਤਾਂ ਉਸਦੇ ਪਿਤਾ ਨੂੰ ਵੀ ਗ੍ਰਿਫਤਾਰ ਕਰ ਲਿਆ। ਫਿਲਹਾਲ ਹੁਣ ਸਥਿਤੀ ਜੋ ਹੈ ਉਹ ਕੰਟਰੋਲ ਦੇ ਵਿੱਚ ਹੈ, ਪਰ ਚੱਪੇ ਚੱਪੇ ਦੇ ਉੱਤੇ ਹਾਲੇ ਵੀ ਪੁਲਿਸ ਨੂੰ ਤੈਨਾਤ ਕਰ ਰੱਖਿਆ। ਤੇ ਇਸ ਦੌਰਾਨ ਜਦੋਂ ਇਹ ਦੰਗਾ ਹੋਇਆ ਤਾਂ ਉਸਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਗੱਡੀਆਂ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਲੋਕਾਂ ਦੀ ਭੀੜ ਜੋ ਹੈ ਉਹ ਨਜ਼ਰ ਆ ਰਹੀ ਹੈ। ਕੁਛ ਕਾਨੂੰਨ ਵਿਵਸਥਾ ਕੀ ਦ੍ਰਿਸ਼ਟੀ ਸੇ ਕੁਛ ਜਗ੍ਹਾ ਪਰ ਤੋੜ ਫੋੜ ਔਰ ਆਗਜਨੀ ਕੀ ਘਟਨਾਏ ਹੋਈ, ਉਸਕੇ ਪਸ਼ਚਾਤ ਤੁਰੰਤ ਹਮਨੇ ਨਿਰਣੇ ਲੈ ਕਰਕੇ 144 ਪੂਰੇ ਸ਼ਹਿਰ ਮੇਂ ਇੰਪੋਜ਼ ਕੀ। 144 ਇੰਪੋਜ਼ ਕਰਨੇ ਕੇ ਪਸ਼ਚਾਤ ਲਗਾਤਾਰ ਹਮਾਰੀ ਜੋ ਪੁਲਿਸ ਟੁਕੜੀਆਂ ਹੈ, ਜੋ ਵੀ ਸੈਂਸਿਟਿਵ ਇਲਾਕੇ ਹੈ, ਮਿਕਸ ਇਲਾਕੇ ਹੈ, ਉਨ ਇਲਾਕੋ ਮੇਂ ਲਗਾਤਾਰ ਫਿਕਸ ਪਿਕਟਸ ਔਰ ਮੋਬਾਈਲ ਪਾਰਟੀਓਂ ਕੇ ਰੂਪ ਮੇਂ ਲਗਾਤਾਰ ਗਸ਼ਤ ਕਰ ਰਹੀ ਹੈ। ਔਰ ਜੋ ਬੱਚਾ ਹੈ ਜਿਸ ਜੋ ਘਾਇਲ ਹੋਇਆ ਹੈ, ਉਸ ਘਾਇਲ ਬੱਚੇ ਕੋ ਤੁਰੰਤ ਮੈਡੀਕਲ ਏਡ ਸੀਨੀਅਰ ਲੈਵਲ ਸੇ ਬਾਤਚੀਤ ਕਰਕੇ ਦਿਲਾਈ ਗਈ ਹੈ। ਬੱਚਾ ਅਭੀ ਸਟੇਬਲ ਕੰਡੀਸ਼ਨ ਮੇਂ ਹੈ ਔਰ ਬੱਚੇ ਕੇ ਸਥਿਤੀ ਜੈਸਾ ਡਾਕਟਰ ਸੇ ਬਾਤਚੀਤ ਹੋਈ ਹੈ ਲਗਾਤਾਰ ਇੰਪਰੂਵ ਹੋ ਰਹੀ ਹੈ।